ਸਾਰਿਆਂ ਨੂੰ ਜੈ ਐਮ ਸੀ ਦੀ। ਮੈਂ ਜਤਿਨ ਬੱਬਰ, ਤੁਸੀਂ ਦੇਖ ਰਹੇ ਹੋ ਮੁਸੀਬਤ ਵਾਰ ਚੈਨਲ। ਜਿੱਦਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਰਮਨਹੰਸ ਮਿਨਿਸਟਰੀ ਵੱਲੋਂ। ਸਾਡੇ ਵਿੱਚ ਅਪੋਸਟਰ ਰਮਨਹੰਸ ਜੀ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਕੋਲੋਂ ਜਾਣਾਂਗੇ ਅੱਜ ਕ੍ਰਿਸਮਿਸ ਦੇ ਉਪਲਕਸ਼ ਵਿੱਚ ਉਹਨਾਂ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੈ ਐਮ ਸੀ ਕੀ ਅਪੋਸਟਰ ਜੀ। ਜੈ ਐਮ ਸੀ ਕੀ ਬ੍ਰਦਰ, ਅਪੋਸਟਰ ਜੀ ਜੋ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਅੱਜ ਦਾ ਦਿਨ ਬਹੁਤ ਵੱਡਾ ਦਿਨ ਹੈ, ਕਿਉਂਕਿ ਅੱਜ ਖੁਦ ਪਰਮੇਸ਼ਵਰ ਦੇਹਧਾਰੀ ਹੋ ਕੇ ਇਸ ਧਰਤੀ ਉੱਤੇ ਪੈਦਾ ਹੋਏ ਔਰ ਉਹ ਮੁਕਤੀ, ਚੰਗਿਆਈ, ਅਨੰਤ ਜੀਵਨ ਦੇਣ ਲਈ ਆਏ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਜੀਵਨ ਨੂੰ ਪ੍ਰਭੂ ਦੇ ਹੱਥਾਂ ਵਿੱਚ ਦੇ ਦਿਓ ਔਰ ਉਹਦੇ ਵਚਨ ਦੇ ਅਨੁਸਾਰ ਬਿਤਾਓ ਤਾਂ ਕਿ ਤੁਸੀਂ ਜੋ ਪਰਮੇਸ਼ਵਰ ਤੁਹਾਡੇ ਲਈ ਕਰਨ ਵਾਸਤੇ ਆਇਆ ਉਹਨੂੰ ਤੁਸੀਂ ਗ੍ਰਹਿਣ ਕਰ ਸਕੋ। ਮਾਸਟਰ ਜੀ, ਤੁਸੀਂ ਕਿੱਥੋਂ ਜੀ ਕਿੱਥੇ ਤੱਕ ਜਾ ਰਹੇ ਹੋ? ਅੱਜ ਅਸੀਂ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਸ਼ੋਭਾ ਯਾਤਰਾ ਕਰਾਂਗੇ। ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਵਧਾਈਆਂ ਦੇਵਾਂਗੇ, ਸਾਰਿਆਂ ਨੂੰ ਪਿਆਰ ਵੰਡਾਂਗੇ, ਇੱਕ ਅੱਛਾ ਸੰਦੇਸ਼ ਦੇਵਾਂਗੇ ਕਿ ਪ੍ਰਭੂ ਯਿਸੂ ਮਸੀਹ ਕਿਸੇ ਇੱਕ ਧਰਮ, ਕਿਸੇ ਇੱਕ ਮਜ਼ਹਬ ਲਈ ਨਹੀਂ ਆਏ, ਉਹ ਸਾਰੀ ਮਨੁੱਖ ਜਾਤੀ ਦੇ ਪਾਪਾਂ ਲਈ, ਉਹਨਾਂ ਦੀ ਮੁਕਤੀ ਵਾਸਤੇ ਸੰਸਾਰ ਦੇ ਵਿੱਚ ਆਏ। ਸੋ ਅੱਜ ਅਸੀਂ ਪੂਰੇ ਰੋਪੜ ਸ਼ਹਿਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਵਧਾਈ ਦੇਵਾਂਗੇ ਔਰ ਉਹਦੇ ਨਾਮ ਦੀ ਗਵਾਹੀ ਦੇਵਾਂਗੇ।